ਵਿਆਹ ਮੇਰਾ ਪੁੱਤਰ ਜਦੋਂ ਨਾ ਆਪਾਂ ਨੂੰ ਉਜਾੜੇ ਪਏ ਨੇ ਉਦੋਂ ਮੇਰਾ ਮਕਲਾਵਾ ਤਾ ਘੁੰਮ ਗਏ ਕਰਾਂ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਹੋਰ ਬਥੇਰਿਆਂ 'ਚ ਧੱਕੇ ਖਾਧੇ ਕੇ ਹੀ ਆ ਜੋ ਇੱਕ ਵਾਰ ਨਾ ਕੋਈ ਨਹੀਂ ਜੀ ਕਿਸੇ ਦਾ ਲੜਾਈ ਝਗੜਾ ਆਪੋ ਆਪਦੇ ਘਰਾਂ 'ਚ ਸੁਖੀ ਵੱਜਦੇ ਗੁੰਮ ਗਏ ਕਰਾਂ ਦੇ ਬਾਰ ਪੈਰਾਂ ਮੈਂ ਹੁਣ ਚਲੀ ਜਾਵਾਂ ਅੱਛਾ ਲੱਭ ਲੋਗੇ ਹਾਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ ਉਹ ਪਿੱਪਲਾਂ ਦੀ ਛਾਵੇ ਉਹ ਤੀਆਂ ਦੇ ਮੇਲੇ ਟੁੱਟ ਗਈ ਪਿੰਡ ਤੋਰੀਆਂ ਡਾਮਕੇ ਤਹਿਸੀਲ ਡਾਮਕੇ ਜ਼ਿਲ੍ਹਾ ਲਾਹੌਰ ਦੇ ਵਿੱਚ ਅਤੇ ਕੁਝ ਗੱਲਾਂ ਜ਼ਿਲ੍ਹਾ ਸ਼ੇਖੂਪੁਰਾ ਕੁਝ ਗੱਲਾਂ ਕਰਾਂਗੇ ਮਾਝੀ ਨਾਲ ਵੰਡ ਤੋਂ ਵੰਡ ਤੋਂ ਪਹਿਲੇ ਦੇ ਹਾਲਾਤਾਂ ਦੇ ਬਾਰੇ ਕੋਈ ਗੱਲਬਾਤ ਇਹਨਾਂ ਨਾਲ ਸਾਂਝੀ ਕਰਾਂਗੇ ਅਸਲਾਮੁਅਲੈਕਮ ਮਾਝੀ ਵਾਲੇਕੁਮ ਮਾਝੀ ਨਾਂ ਦੱਸਿਓ ਤੁਹਾਡਾ ਨਾਂ ਕੀ ਆ ਨਾਂ ਕਾਕੀ ਕਾਕੀ ਅਤੇ ਵਾਲਦਾ ਤੁਹਾਡੀ ਦਾ ਵਾਲਦਾ ਦਾ ਜੰਨੀ ਜੰਨੀ ਹਾਂ ਅਤੇ ਅੱਬਾ ਜੀ ਤੁਹਾਡੇ ਦਾ ਅੱਬਾ ਜੀ ਦਾ ਗੀਤੋ ਗੀਤੋ ਹਾਂ ਅੱਛਾ ਅੱਛਾ ਅਤੇ ਉਮਰ ਹੁਣ ਕਿੰਨੀ ਕੁ ਹੋ ਗਈ ਹੋਣੀ ਅੰਦਾਜ਼ੇ ਨਾਲ ਮੇਰੀ ਹਾਂਜੀ ਮੇਰੀ 100 ਤੋਂ ਟੱਪ ਗਈ ਸੋਹਲ ਟੱਪ ਗਈ ਹੈ ਟੱਪ ਗਈ ਤਾਂ ਸਿਹਤ ਤਾਂ ਵਧੀਆ ਵਾ ਬਿਲਕੁਲ ਹਾਂਜੀ ਵਾਹ ਸਿਹਤ ਮਾਸ਼ਾਅੱਲਾ ਤੁਹਾਨੂੰ ਤੰਦਰੁਸਤੀ ਦੇਵੇ ਸਿਹਤ ਠੀਕ ਹੈ ਹਲੇ ਤੇ ਇਹ ਦੱਸੋ ਵੀ ਆਪਾਂ ਜਿੱਥੇ ਆਪ ਬੈਠੇ ਜਿਹੜਾ ਪਿੰਡ ਆਪਣਾ ਵਾ ਇਹਦਾ ਕੀ ਨਾਂ ਹੈ ਇਹਦਾ ਹਾਂਜੀ ਇਹ ਟੋਰੀਆ ਇਹ ਸ਼ੇਖੂਪੁਰ 'ਚ ਪੈਂਦਾ ਕਿ ਲਾਹੌਰ 'ਚ ਸ਼ੇਖੂਪੁਰੇ 'ਚ ਸ਼ੇਖੂਪੁਰੇ 'ਚ ਹਾਂ ਅੱਛਾ ਜਦੋਂ ਹੋਈ ਆ ਵੰਡ ਹੋਈ ਆ ਪੰਜਾਬ ਦੀ ਉਜਾੜੇ ਪਏ ਆ ਉਦੋਂ ਇਸੇ ਪਿੰਡ 'ਚ ਸਿੱਧੇ ਆਏ ਨਹੀਂ ਹਾਂ ਹੋਰ ਬਥੇਰਿਆਂ 'ਚ ਧੱਕੇ ਖਾਧੇ ਧੱਕੇ ਖਾਂਦੇ ਰਹੇ ਬਥੇਰਿਆਂ 'ਚ ਹਾਂ ਅਤੇ ਪਿੱਛੇ ਕਿਹੜਾ ਸੀ ਆਪਣਾ ਪਿੰਡ ਪਿੱਛੇ ਸਾਡਾ ਪਿੰਡ ਸੀਗਾ ਸ਼ੇਰਗੜ੍ਹ ਕੰਨਿਆਰੀ ਨਾਭੇ 'ਚ ਸ਼ੇਰਗੜ੍ਹ 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 ਹਾਂ ਨਾਭੇ ਦੇ ਵਿੱਚ ਪੈਂਦਾ ਹਾਂ ਨਾਭੇ 'ਚ ਨਹੀਂ ਉੱਥੇ ਤੁਹਾਡਾ ਵਿਆਹ ਹੋਇਆ ਸੀ ਨਾ ਵਿਆਹ ਹਾਂ ਹੋ ਗਿਆ ਸੀ ਉੱਥੇ ਹੀ ਹੋਇਆ ਸੀ ਹਾਂ ਪਹਿਲਾਂ ਹੀ ਹਾਂ ਹੋ ਗਿਆ ਤਾਂ ਇੱਥੇ ਜਿਹੜਾ ਸ਼ੇਰਪੁਰ ਨਾਭੇ ਦੇ ਵਿੱਚ ਇਹ ਸਹੁਰਿਆਂ ਦਾ ਪਿੰਡ ਸੀ ਕਿ ਆਪਣਿਆਂ ਦਾ ਸਹੁਰਿਆਂ ਦਾ ਸਹੁਰਿਆਂ ਦਾ ਪੇਕਾਂ ਦਾ ਸੀਗਾ ਸੰਗਰੂਰ ਸ਼ਹਿਰ ਸੰਗਰੂਰ ਪਿੰਡ ਕਿਹੜਾ ਖਾਸ ਸੰਗਰੂਰ ਖਾਸ ਸੰਗਰੂਰ ਹੀ ਸੀ ਹਾਂ ਰਿਆਸਤ ਤੇ ਅੱਛਾ ਅੱਛਾ ਰਿਆਸਤ ਹਾਂ ਤੇ ਤੁਹਾਡੇ ਜਿਨ੍ਹਾਂ ਨਾਲ ਵਿਆਹ ਹੋਇਆ ਸੀ ਤੁਹਾਡਾ ਹਾਂ ਉਹ ਕੀ ਨਾਂ ਸੀ ਤੁਹਾਡੇ ਹਸਬੈਂਡ ਦਾ ਉਹਦੀ ਨਾਂ ਫਜ਼ਲਦੀਨ ਅੱਛਾ ਅੱਛਾ ਤੇ ਇਹ ਅਜਾਣਿਆਂ ਤੋਂ ਕਿੰਨਾ ਕੁ ਚਿਰ ਪਹਿਲਾਂ ਵਿਆਹ ਹੋ ਗਿਆ ਸੀ ਵਿਆਹ ਮੇਰਾ ਪੁੱਤਰ ਜਦੋਂ ਨਾ ਆਪਾਂ ਨੂੰ ਉਜਾੜੇ ਪਏ ਨੇ ਹਾਂਜੀ ਉਦੋਂ ਮੇਰਾ ਮਕਲਾਵਾ ਤਾ ਅੱਛਾ ਹਾਂ ਉਹਦਾ ਲਈ ਹੋਇਆ ਹੀ ਸੀ ਹਾਂ ਵਿਆਹ ਹੋਇਆ ਹੀ ਇਹ ਦੱਸੋ ਵੀ ਆਪਣੇ ਜਿਹੜਾ ਤੁਹਾਡਾ ਪੇਕਿਆਂ ਦਾ ਪਿੰਡ ਤੁਸੀਂ ਦੱਸਿਆ ਸੰਗਰੂਰ ਹਾਂ ਤੇ ਉਹ ਤੁਹਾਡੇ ਪੇਕਿਆਂ ਦੀ ਕੋਈ ਗੋਤ ਕਿਹੜੀ ਸੀ ਉਹ ਧਾਲੀਵਾਲ ਧਾਲੀਵਾਲ ਹਾਂ ਤੇ ਉਹ ਪੈਲੀ ਪੁਲੀ ਵਾਹੁੰਦੇ ਸੀ ਉੱਥੇ ਨਾ ਉੱਥੇ ਮੇਰਾ ਪਿਓ ਡੰਗਰ ਚਾਰਦਾ ਅੱਛਾ ਮੱਝਾਂ ਮੁੱਝਾਂ ਚਾਰਦਾ ਹਾਂ ਠੀਕ ਹੈ ਤੇ ਵਿਆਹ ਹੋ ਕੇ ਤੁਸੀਂ ਚਲੇ ਗਏ ਨਾਭੇ ਦੇ ਵਿੱਚ ਨਾਭੇ ਹਾਂ ਫਿਰ ਨਾਭੇ ਮੇਰਾ ਮਕਲਾਬ ਆ ਗਿਆ ਅੱਛਾ ਇਹ ਇਹਨਾਂ ਦੀ ਪੈਲੀ ਹੈਗੀ ਸੀ ਉੱਥੇ ਹਾਂ ਨਾਭੇ ਨਾ ਇਹਨਾਂ ਦੀ ਸ਼ੇਰਗੜ੍ਹ ਸੀ ਸ਼ੇਰਗੜ੍ਹ ਸੀ ਹਾਂ ਸ਼ੇਰਗੜ੍ਹ ਠੀਕ ਹੈ ਅੱਛਾ ਇਹ ਦੱਸੋ ਵੀ ਹਲਾ ਜਦੋਂ ਹੋਈ ਆ ਵੰਡ ਨਹੀਂ ਸੀ ਹੋਈ ਹਾਂ ਉਦੋਂ ਉੱਥੇ ਤੁਸੀਂ ਪੜ੍ਹੇ ਪੁੜੇ ਵੀ ਸੀ ਕੋਈ ਨਾ ਨਾ ਪੜ੍ਹੀ ਹੋਈ ਮੈਂ ਕੋਈ ਨਹੀਂ ਕੋਈ ਨਹੀਂ ਨਾ ਅੱਛਾ ਉੱਥੇ ਦੂਜੀਆਂ ਕੌਮਾਂ ਵੀ ਵੱਸਦੀਆਂ ਹੁੰਦੀਆਂ ਸੀ ਬਥੇਰੀਆਂ ਕਿਹੜਾ ਕਿਹੜਾ ਸੀ ਤੁਹਾਡੇ ਪੇਕਿਆਂ ਦੇ ਪਿੰਡ ਕੌਣ ਕੌਣ ਕੋਈ ਯਾਦ ਹੈ ਕਿਹੜਾ ਕਿਹੜਾ ਰਹਿੰਦਾ ਹੁੰਦਾ ਸੀ ਬਥੇਰੇ ਯਾਦ ਨੇ ਦੱਸੋ ਕਿਹਨੂੰ ਪੁੱਛਣਾ ਵੀ ਕੋਈ ਤੁਹਾਡੇ ਤੁਹਾਡੀ ਹਾਣ ਦੀ ਤੁਹਾਡੀ ਉਮਰ ਦੀ ਕੋਈ ਸਹੇਲੀ ਕੋ ਲਾਗੇ ਆਂਡ ਗਵਾਂਡ ਕੋਈ ਯਾਦ ਹੈ ਕੋਈ ਹੈ ਸੀ ਕੋਈ ਆਹੋ ਬਥੇਰੀਆਂ ਦੀਆਂ ਕਿਸੇ ਦਾ ਨਾਂ ਯਾਦ ਆ ਹੈ ਨਾਂ ਯਾਦ ਕਿਸੇ ਦਾ ਆਹੋ ਦੱਸੋ ਕਿਹੜੀ ਦਾ ਦੱਸੋ ਮੈਨੂੰ ਹੁਣ ਕੀ ਪਤਾ ਕਿਹੜੀ ਤੁਹਾਡੀ ਇਹ ਤਾਂ ਤੁਸੀਂ ਦੱਸਣਾ ਫਲਾਣੀ ਸੀ ਹਾਂ
ਪਿਓਕਿਆਂ ਚ ਪੁੱਛਦਾ ਕਿ ਸਹੁਰਿਆਂ ਚੋਂ ਨਹੀਂ ਪੇਕਿਆਂ ਦੇ ਪਹਿਲਾਂ ਦੱਸੋ ਪਹਿਲਾਂ ਪੇਕਿਆਂ ਦੇ ਪੇਕਿਆਂ ਦੇ ਬੜੀਆਂ ਕਿਹੜੀਆਂ ਦੱਸੋ ਬੜੀਆਂ ਇੱਕ ਨਾਂ ਡਲੀ ਇੱਕ ਨਾਂ ਜੰਨਤ ਇੱਕ ਨਾਂ ਸਕੀਨਾ ਇੱਕ ਨਾਂ ਬਥੇਰੇ ਨਾਂ ਤੇ ਅੱਛਾ ਅੱਛਾ ਉੱਥੇ ਮੁਸਲਮਾਨਾਂ ਦੇ ਸੀ ਪੇਕਿਆਂ ਦੇ ਘਰ ਹਾਂ ਮੁਸਲਮਾਨ ਹਿੰਦੂਆਂ ਦੇ ਸਿੱਖਾਂ ਦੇ ਘਰ ਵੀ ਹੈਗੇ ਸੀ ਉਦੋਂ ਲਾਗੇ ਹੈਗੇ ਤੇ ਉਂਤਾ ਕਿਹਦਾ ਘਰ ਸੀ ਲਾਗੇ ਲੱਗ ਲਾਗੇ ਸਾਡੇ ਤੀਗਾ ਘਰ ਸਰਦਾਰ ਦਾ ਇੱਕ ਅੱਛਾ ਉਹਦਾ ਟੀਕਾ ਅੱਛਾ ਤੇ ਹਿੰਦੂਆਂ ਦਾ ਕੋਈ ਹੱਟੀ ਉੱਟੀ ਆ ਗਈ ਸੀ ਹਾਂ ਨਾ ਹਿੰਦੂਆਂ ਦੀ ਕੋਈ ਮੁਸਲਮਾਨਾਂ ਦੀ ਹਾਂ ਮੁਸਲਮਾਨਾਂ ਦੀ ਹਾਂ ਹਿੰਦੂਆਂ ਦੀ ਹੱਡੀ ਸੀਗੀ ਉਹ ਦੋ ਹਿੰਦੂਆਂ ਦੀ ਤੀਆਂ ਦੋ ਤਿੰਨ ਮੁਸਲਮਾਨਾਂ ਦੀਆਂ ਤੀ ਅੱਛਾ ਅੱਛਾ ਹੋਰ ਕਿਸਾਨਾਂ ਦਾ ਬਣਦਾ ਤੇ ਠੀਕ ਤੇ ਇੱਧਰ ਜਿਹੜਾ ਇੱਧਰਲਾ ਪਿੰਡ ਸੀ ਆਪਣਾ ਨਾਭੇ ਵਾਲਾ ਸ਼ੇਰਗੜ੍ਹ ਹਾਂ ਇਹਦੇ ਵਿੱਚ ਇਹਦੇ 'ਚ ਸਾਰੇ ਮੁਸਲਮਾਨ ਸੀ ਸਾਰੇ ਮੁਸਲਮਾਨ ਟੋਟਲ ਹਾਂ ਇੱਕ ਦਾਦੇ ਦੀ ਲਾਦ ਅੱਛਾ ਕਿੰਨੇ ਕੁ ਘਰ ਹੋਣੇ ਸ਼ੇਰਗੜ੍ਹ 'ਚ ਹੋਣੇ ਆ ਕੋਈ ਸੌ ਕੋਈ ਸੌ ਡੇਢ ਸੌ ਅੱਛਾ ਜਿਹੜੇ ਸ਼ੇਰਗੜ੍ਹ ਵਾਲੇ ਸੀ ਜਦੋਂ ਵੰਡ ਪੈ ਗਈ ਜਾੜੇ ਹੋ ਗਏ ਸ਼ੇਰਗੜ੍ਹ ਵਾਲੇ ਸਾਰੇ ਇੱਥੇ ਆ ਗਏ ਇਸ ਪਿੰਡ ਜਾਂ ਹੋਰ ਗਏ ਹਾਂ ਉਰੇ ਨਹੀਂ ਆਏ ਕਿੱਧਰ ਕਿੱਧਰ ਗਏ ਹੁਣ ਤੋਂ ਤਾਂ ਮੈਂ ਗਏ ਨੇ ਅਤੇ ਹਾਂ ਹੁਣ ਸ਼ੇਰਕੋਟ ਬੈਠੇ ਨੇ ਅੱਛਾ ਇੱਥੇ ਕਿੰਨੇ ਆਏ ਇਸ ਪਿੰਡ ਇਸ ਪਿੰਡ ਵੀ ਹੈਗੇ ਸੀ ਸੱਤ ਘਰ ਛੇ ਸੱਤ ਹਾਂ ਠੀਕ ਹੈ ਤੇ ਇਹ ਦੱਸੋ ਵੀ ਆਪਣੇ ਆਉਂਦੇ ਨਾ ਵੀ ਉੱਧਰ ਕੋਈ ਤੁਹਾਡੇ ਰਿਸ਼ਤੇਦਾਰ ਵੀ ਹੈਗੇ ਇੰਡੀਆ ਦੇ ਸਾਡੇ ਨਹੀਂ ਕੋਈ ਸਾਡਾ ਰਹਿ ਗਏ ਜਿਹੜੇ ਉੱਧਰ ਉਹ ਤਾਂ ਜਿਹੜਾ ਮੇਰੇ ਤਾਇਆ ਦਾ ਤਾਏ ਦਾ ਟੱਬਰ ਰਹਿ ਗਿਆ ਸੀਗਾ ਤਾਏ ਦਾ ਟੱਬਰ ਹਾਂ ਉਹਦਾ ਕੀ ਨਾਂ ਉਹਦਾ ਨਾਂ ਖੰਡੂ ਸੀ ਖੰਡੂ ਹਾਂ ਤੇ ਉਹ ਰਹਿ ਕਿਉਂ ਗਿਆ ਉੱਥੇ ਉਹ ਉੱਥੇ ਉਹਦੇ ਪੁੱਤ ਤੇ ਧੀਆਂ ਤੇ ਉਹ ਸਹੁਰਿਆਂ ਘਰ ਰਹਿੰਦਾ ਸੀ ਅੱਛਾ ਦਿੱਲੀ ਉਹ ਦਿੱਲੀ ਚਲਿਆ ਗਿਆ ਸੀ ਅੱਛਾ ਦਿੱਲੀ ਸਹੁਰਿਆਂ ਨੇ ਰਹਿੰਦਾ ਸੀ ਅੱਛਾ ਫਿਰ ਜਦ ਜਾੜਾ ਪਿਆ ਉਹ ਉੱਥੇ ਹੀ ਰਹਿ ਗਿਆ ਆਇਆ ਹੀ ਨਹੀਂ ਇੱਧਰ ਆਇਆ ਹੀ ਨਹੀਂ ਤੇ ਬਾਅਦ 'ਚ ਕਦੀ ਕਿਤੇ ਆਇਆ ਹੋਵੇ ਬਾਅਦ 'ਚ ਮੁੰਡਾ ਆਇਆ ਸੀ ਉਹਦਾ ਇੱਕ ਅੱਛਾ ਕਦੋਂ ਕੁ ਜਦ ਕਾਇਆ ਆਇਆ ਉੱਜੜ ਕੇ ਉਹਦਾ ਕੀ ਨਾਂ ਜਿਹੜਾ ਉੱਧਰ ਰਹਿ ਗਿਆ ਸੀ ਖੰਡੂ ਖੰਡੂ ਦੇ ਮੁੰਡੇ ਦਾ ਨਾਂ ਉਹਦੇ ਨਾਲ ਉਹਦੇ ਨਾਂ ਸੀਗਾ ਉਮਰਦੀਨ ਉਮਰਦੀਨ ਹਾਂ ਉਹ ਬਾਅਦ 'ਚ ਆਇਆ ਜਦੋਂ ਵੰਡ ਹੋ ਗਈ ਉਸ ਤੋਂ ਬਾਅਦ ਹਾਂ ਆਇਆ ਤਾਂ ਉਹ ਵੀ ਆਇਆ ਤਾਂ ਚੂੜੀਆਂ ਚੜਾਉਂਦਾ ਫਿਰਦਾ ਤੇ ਅੱਛਾ ਤੋੜਦਾ ਸਾਨੂੰ ਹੀ ਸੀ ਬਸ ਫਿਰ ਅਸੀਂ ਲੱਭ ਗਏ ਫਿਰ ਕਈ ਦਿਨ ਰਿਹਾ ਉੱਥੇ ਮੁੜ ਕੇ ਨਹੀਂ ਆਇਆ ਮੁੜ ਕੇ ਨਹੀਂ ਆਇਆ ਨਾ ਮੁੜ ਕੇ ਨਹੀਂ ਆਇਆ ਠੀਕ ਹੈ ਅੱਛਾ ਇਹ ਦੱਸੋ ਵੀ ਜਦੋਂ ਜਾੜੇ ਨਹੀਂ ਸੀ ਪਏ ਹਾਂ ਉਦੋਂ ਕਿਵੇਂ ਦੇ ਸੀ ਹਾਲਾਤ ਉੱਥੇ ਲੋਕਾਂ ਦੇ ਵਧੀਆ ਰਹਿੰਦੇ ਸੀ ਲੋਕ ਹਾਂ ਵਧੀਆ ਤੇ ਵਧੀਆ ਤੇ ਉਹ ਲੜਾਈ ਝਗੜੇ ਤਾਂ ਨਹੀਂ ਹੁੰਦੇ ਨਾ ਕੋਈ ਨਹੀਂ ਜੀ ਕਿਸੇ ਦਾ ਲੜਾਈ ਝਗੜਾ ਆਪੋ ਆਪਦੇ ਘਰਾਂ 'ਚ ਸੁਖੀ ਵੱਜਦੇ ਤੇ ਜਿਵੇਂ ਸਿੱਖ ਸੀ ਹਿੰਦੂ ਸੀ ਮੁਸਲਮਾਨ ਸੀ ਹਾਂ ਹਾਂ ਸਾਰੇ ਸਾਰੇ ਰਹਿੰਦੇ ਸਾਡੇ ਤਾਂ ਸਾਰਾ ਨਾ ਇੱਕ ਖੱਤਰੀਆਂ ਦਾ ਘਰ ਸੀ ਸ਼ੇਰਗੜ੍ਹ ਇੱਕ ਸੀ ਦੋ ਤਿੰਨ ਪੰਜ ਚਾਰ ਚੂੜਿਆਂ ਦੇ ਤੇ ਹੋਰ ਕੋਈ ਨਹੀਂ ਹੋਰ ਸਾਰੇ ਮੁਸਲਮਾਨ ਇੱਕ ਦਾਦੇ ਦੀ ਔਲਾਦ ਅੱਛਾ ਜਦੋਂ ਹੋਈ ਆ ਵੰਡ ਹੋਈ ਜਦੋਂ ਇੱਧਰ ਨੂੰ ਆਏ ਜੇ ਹਾਂ ਉਹ ਦੱਸੋ ਕਿਵੇਂ ਕਿਵੇਂ ਆਏ ਕਿੱਧਰੋਂ ਦੀ ਆਏ ਉਹ ਤੁਰ ਕੇ ਆਏ ਕੋਟਲੇ ਵੀ ਜੀ ਮਨੇਰ ਕੋਟਲੇ ਵੀ ਨਹੀਂ ਆਉਂਦੇ ਨਾ ਵੀ ਉਦੋਂ ਕਤਲੋ ਕਰ ਬੜੇ ਲੋਕਾਂ ਨੂੰ ਮਾਰਿਆ ਮਾਰਿਆ ਸੀ ਮਾਰਿਆ ਸੀ ਤੁਸੀਂ ਕਿੱਧਰ ਨੂੰ ਨਿਕਲੇ ਪਿੰਡੋਂ ਸ਼ੇਰ ਮੈਂ ਤਾਂ ਨਾਭੇ ਆਈ ਹੋਈ ਸੀ ਨਾਭੇ ਆਈ ਹੋਈ ਸੀ ਸਾਡਾ ਤਾਂ ਕੰਪ ਲੱਗ ਗਿਆ ਸੀ ਕਿੱਥੇ ਉੱਥੇ ਨਾਭੇ ਰਾਤ ਨੂੰ ਠੀਕ ਹੈ ਰਾਤ ਨੂੰ ਲੱਗਿਆ ਤੇ ਤੜਕੇ ਨੂੰ ਅਸੀਂ ਸਿੱਧੇ ਕਰਦੇ ਮਲੋਹ ਨੂੰ ਅੱਛਾ ਮਲੋਹ ਨੂੰ ਆਉਂਦਾ ਸੀ ਉੱਧਰੋਂ ਕੰਪ ਉਹ ਜਦ ਕੰਪ ਲੱਗ ਗਿਆ ਮਗਰੋਂ ਅਸੀਂ ਲਾ ਦੇ ਤੁਸੀਂ ਉੱਥੋਂ ਅਮਲੋਹ ਵੱਲ ਦੀ ਆਏ ਫਿਰ ਹਾਂ ਮਲੋਹ ਮਲੋਹ ਪਿੰਡ ਹੈ ਬੜਾ ਵੱਡਾ ਹੈ ਆਹੋ ਸ਼ਹਿਰ ਸੀ ਠੀਕ ਹੈ ਠੀਕ ਹਾਂ ਨਹੀਂ ਤੇ ਉੱਥੋਂ ਫਿਰ ਟਰੱਕਾਂ ਟਰੁੱਕਾਂ ਦੇ ਕੇ ਤੁਰ ਕੇ ਹੀ ਤੁਰ ਕੇ ਗੱਡਾ ਦੀ ਸਾਡੇ ਪਿੰਡ ਦੀ ਕੁੜੀ ਸੀ ਇੱਕ ਉਹ ਸੰਗਰੂਰ ਦੀ ਉਹਨੇ ਮੇਰੇ ਮੇਰੇ ਰਸਤੇ 'ਚ ਕੁੜੀ ਹੋਈ ਉਹ ਵੀ ਉਹਨਾਂ ਨੇ ਵਿਚਾਰਿਆਂ ਨੇ ਸਾਹਮਣੇ ਅਸੀਂ ਤਾਂ ਤੁਰ ਕੇ ਆਏ ਕਿੱਧਰ ਕਿੱਧਰ ਦੀ ਆਏ ਉੱਥੋਂ ਨਿਕਲ ਕੇ ਇੱਧਰ ਦੀ ਆਏ ਦਰਿਆ ਜਦੋਂ ਪਾਰ ਕੀ ਦਰਿਆ ਹਾਂ ਹਾਂ ਦਰਿਆ ਪਾਰ ਕੀਤਾ ਕਿਸ਼ਤੀਆਂ ਦਾ ਕੀਤਾ ਕਿ ਪੁਲ ਤੋਂ ਨਾ ਨਾ ਪੁਲ ਤੋਂ ਤੁਰ ਕੇ ਅੱਛਾ ਤੁਰ ਕੇ ਕੀਤਾ ਤੇ ਰਾਹ ਦੇ ਵਿੱਚ ਕੋਈ ਹਾਲਾਤ ਆਉਂਦੇ ਬੜੇ ਮਾੜੇ ਸੀ ਉਦੋਂ ਨਾ ਨਾ ਸਾਨੂੰ ਕੋਈ ਨਹੀਂ ਚੱਕਰਿਆ ਬਿਲਕੁਲ ਝੂਠ ਨਹੀਂ ਮਾਰਦੇ ਠੀਕ ਹੈ ਹਾਂ ਅਮਨ ਸਕੂਨ ਨਾਲ ਅਸੀਂ ਆਏ ਤਾਂ ਆਏ ਆਪਦੀ ਖਾਣੀ ਪਕਾਉਣੀ ਗੱਡੇ ਦੇ ਵਿੱਚ ਰੱਥ ਰੱਖਿਆ ਸੀ ਜਿੱਥੇ ਕੰਪ ਲੱਗ ਜਾਣਾ ਉੱਥੇ ਰੋਟੀ ਪਕਾ ਲੈਣੀ ਰੋਟੀ ਪਕਾ ਕੇ ਜਿਹੜੀ ਮੇਰੇ ਨਾਲ ਸੀ ਮੇਰੀ ਸਹੇਲੀ ਉਹਨੇ ਪਕਾ ਲੈਣੀ ਅਰਣ ਖਾ ਲੈਣੀ ਸਹੇਲੀ ਕਿਹੜੀ
ਜੈਲੀ ਸੀਗੀ ਸੰਗਰੂਰ ਦੀ ਸੰਗਰੂਰ ਦੀ ਹਾਂ ਕੁੜੀ ਹੋਈ ਸੀ ਮੇਰੇ ਉਦੋਂ ਅੱਛਾ ਬੜੀ ਮਰ ਗਈ ਹੁਣ ਤਾਂ ਵਿਚਾਰੀ ਅਤੇ ਉਹਨੇ ਸਾਹਮੀ ਸੀ ਅੱਛਾ ਉਹ ਕਿੱਥੇ ਸਹੇਲੀ ਤੁਹਾਡੀ ਕਿੱਥੇ ਰਹਿੰਦੀ ਹੁਣ ਮਰ ਗਈ ਰਹਿੰਦੇ ਕਿੱਥੇ ਸੀ ਉਹ ਨਾਭੇ ਨਹੀਂ ਨਹੀਂ ਇੱਥੇ 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 ਉਰੇ ਨਹੀਂ ਸੀ ਰਹਿੰਦੇ ਨਾਭੇ ਨਾਭੇ ਰਹਿੰਦੇ ਸੀ ਨਹੀਂ ਉਹ ਨਹੀਂ ਇੱਧਰ ਆਏ ਆਏ ਨੇ ਨਾਭੇ ਵਿਆਹੀ ਹੋਈ ਸੀ ਜਦੋਂ ਆ ਗਏ ਤੁਸੀਂ ਉਧਰੋਂ ਇਧਰ ਉਸ ਤੋਂ ਬਾਅਦ ਬਾਅਦ ਚ ਨੀ ਕਦੀ ਗਏ ਉਧਰ ਨੂੰ ਵੀ ਅਸੀਂ ਜਾਣਾ ਵਾ ਮੁੜ ਕੇ ਨਾ ਨਾ ਅਸੀਂ ਨੀ ਗਿਆ ਅਸੀਂ ਨਹੀਂ ਗਏ ਆਉਂਦੇ ਸੀ ਲੋਕ ਇਹ ਵੀ ਆਉਂਦੇ ਸੀ ਵੀ ਹਲੇ ਸਾਲ ਦੋ ਨੂੰ ਮੁੜ ਜਾਣਾ ਵਾ ਨਹੀਂ ਨਹੀਂ ਅਸੀਂ ਨਹੀਂ ਅਸੀਂ ਤਾਂ ਗਏ ਨਹੀਂ ਨਾ ਸਾਡੇ ਤਾਂ ਇਹਨਾਂ ਦਾ ਬਾਪ ਨੌਕਰ ਸੀ ਫੌਜ 'ਚ ਉੱਥੋਂ ਇਹਨੇ ਤਸੀਫਾ ਦਿੱਤਾ ਸੀ ਜਦ ਜੰਗ ਲੱਗੇ ਅੱਗੇ ਉਹ ਕਿਹੜੀ ਮੁਲਕ 'ਤੇ ਆਪਣੇ ਲੱਗਿਆ ਸੀ ਅਤੇ ਬਸ ਅਸੀਂ ਤਾਂ ਉੱਥੇ ਰਹਿੰਦੇ ਸੀ ਫਿਰ ਮੁੜ ਕੇ ਇੱਧਰ ਆ ਗਏ ਇੱਧਰ ਆ ਤੁਸੀਂ ਆਉਂਦੇ ਸੀ ਨਾ ਵੀ ਬੜੇ ਥਾਵਾਂ 'ਤੇ ਜ਼ਲੀਲ ਹੋਏ ਕਿੱਧਰ ਕਿੱਧਰ ਗਏ ਕਿਹੜੇ ਕਿਹੜੇ ਪਿੰਡ 'ਚ ਅਸੀਂ ਬਥੇਰੇ ਪਿੰਡ ਗਏ ਮੰਗਿਆਣੇ ਅਸੀਂ ਰਹੇ ਫਿਰ ਚੰਗ ਅਸੀਂ ਰਹੇ ਫਿਰ ਉਹਦੇ ਹੁਣ ਪੁੱਤਰ ਇੰਨੇ ਯਾਦ ਵੀ ਨਹੀਂ ਹੈਗੇ ਬਥੇਰੇ ਪਿੰਡ ਨਹੀਂ ਫਿਰ ਕਿਵੇਂ ਇੱਥੇ ਪੱਕੇ ਹੋਏ ਪੈਲੀ ਇੱਥੇ ਪੈ ਗਈ ਹਾਂ ਇੱਥੇ ਫਿਰ ਪੈ ਇੱਥੇ ਪੈਲੀ ਪੈ ਗਈ ਸਾਨੂੰ ਦਰਿਆ 'ਚ ਦਰਿਆ 'ਚ ਪਈ ਹੋਈ ਉਹ ਪੈਲੀ ਕਹਿਣ ਲੱਗੇ ਵੀ ਇਹ ਤਾਂ ਟੁੱਟੂਗੀ ਇਹ ਤਾਂ ਐਂ ਹੋਊਗੀ ਦਰਿਆ ਟਹੂਗਾ ਉੱਥੋਂ ਵੀ ਉੱਠ ਖੜੇ ਫਿਰ ਸਾਡੀ ਪੈਲੀ ਅਸੀਂ ਉੱਥੋਂ ਜੀ ਸਾਰਾ ਕੁਛ ਛੱਡਿਆ ਹੈ ਫਿਰ ਅਸੀਂ ਇੱਥੇ ਪਵਾੜੀ ਹੁਣ ਇੱਥੇ ਹਾਂ ਅਸੀਂ ਕਈ ਸਾਲ ਦੋ ਭਾਈ ਤੇ ਮੇਰੇ ਬੰਦਾ ਤੇ ਮੇਰਾ ਦੇ ਮੇਰਾ ਭਾਈ ਤੁਹਾਡੇ ਹੈਗੇ ਸੀ ਭਰਾ ਤੁਹਾਡੇ ਹਾਂ ਮੇਰਾ ਭਰਾ ਹੈਗਾ ਤਾਂ ਅੱਛਾ ਮੇਰਾ ਭਰਾ ਨਾ ਡੰਗਰ ਚਾਰ ਲੰਘਿਆ ਸੀ ਡੰਗਰ ਮੰਗਲ ਵੱਟ ਗਿਆ ਦਰਿਆ ਲਏ ਉੱਥੇ ਡੁੱਬ ਗਿਆ ਲੋਥ ਵੀ ਨਹੀਂ ਥਿਆਈ ਨਹੀਂ ਉਹ ਜਦੋਂ ਵੰਡ ਤੋਂ ਪਹਿਲਾਂ ਹੀ ਹਾਂ ਇੱਕੋ ਹੀ ਭਰਾ ਇੱਕੋ ਹੀ ਅੱਛਾ ਅੱਛਾ ਅਤੇ ਮਾਪੇ ਮਾਪੇ ਪਹਿਲਾਂ ਹੀ ਮਰ ਗਏ ਠੀਕ ਹੈ ਅੱਛਾ ਇਹ ਦੱਸੋ ਉਦੋਂ ਬਾਅਦ ਆਪਣਾ ਜਿਹੜਾ ਪਿੰਡ ਦਾਦਕਿਆਂ ਦਾ ਪਿੰਡ ਜਾਂ ਆਪਣੇ ਸਹੁਰਿਆਂ ਦਾ ਪਿੰਡ ਕੁਦੀ ਯਾਦ ਆਇਆ ਵੀ ਆਪਣਾ ਫਲਾਣੇ ਥਾਂ ਪਿੰਡ ਸੀ ਕਿਸੇ ਜਮਾਨੇ ਦੇ ਖਾਤੇ ਰਾਜੇ ਦੇ ਪਾਏ ਹੋਏ ਉੱਥੇ ਫਿਰ ਪੁਲਿਸ ਰਹਿੰਦੀ ਸੀ ਤੇ ਉਹ ਸਾਡਾ ਮਹੱਲਾ ਸੀ ਬਾਰ ਬੂਰੇ ਸਾਡੇ ਜੀ ਨਾਲਾ ਜਾਂਦਾ ਸੀ ਪੱਕਾ ਉਹਦੇ ਵੀ ਮੀਂਹ ਮੂੰਹ ਦਾ ਪਾਣੀ ਪੈ ਲੱਗ ਜਾਂਦਾ ਸੀ ਅੱਲਾ ਤੇਰਾ ਭਲਾ ਕਰੇ ਜੁਮਾ ਮਸਜਿਦ ਜੁਮਾ ਮਸਜਿਦ ਦੇ ਕੋਲ ਸੀ ਸਾਡਾ ਘਰ ਕੋਲ ਸ਼ੇਰਗੜ੍ਹ ਦੇ ਵਿੱਚ ਨਾ ਨਾ ਪੇਕਿਆਂ ਦਾ ਜਿਹੜਾ ਸੰਗਰੂਰ ਜਿਹੜਾ ਸੰਗਰੂਰ ਸੀ ਹਾਂ ਠੀਕ ਹੈ ਠੀਕ ਗੱਲਾਂ ਬਾਤਾਂ ਕਰਨ ਡੇ ਮਾਂ ਹੋਣਾ ਜਿੰਨਾ ਮਾਜੀ ਤਦਰੋਂ ਦੀ ਉਮਰ 100 ਪਲੱਸ ਇਹਨਾਂ ਦੀਆਂ ਕੁਝ ਯਾਦਾਸ਼ਤ ਗੱਲਾਂ ਪੁਰਾਣੀਆਂ ਇਹਨਾਂ ਦਾ ਸੇਧ ਦਿੱਤੀਆਂ ਪੁੱਛਣੀਆਂ ਉਮਰ ਦਾ ਕੁਛ ਹਿੱਸਾ ਇਵੇਂ ਦਾ ਵੀ ਜ਼ਿਆਦਾ ਗੱਲਾਂ ਵੀ ਨਹੀਂ ਯਾਦ ਅਤੇ ਅੱਜ ਵੀ ਵੇਖ ਲਓ ਇਸ ਉਮਰ ਸਟੇਜ ਵਿੱਚ ਆਉਂਦੇ ਵੀ ਹੁਣ ਵੀ ਅਗਰ ਮੈਨੂੰ ਪਿੱਛੇ ਲੈ ਜਾਓ ਤਾਂ ਆਪਣਾ ਪਿਛਲਾ ਜਿਹੜਾ ਵਾ ਘਰ ਲੱਭ ਲਾਂਗੇ ਅਤੇ ਇਸ ਤਰ੍ਹਾਂ ਦੀ ਵੀਡੀਓਜ਼ ਇਸ ਤਰ੍ਹਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਅਗਲੇ ਪ੍ਰੋਗਰਾਮ ਤੱਕ ਵੀ ਮਿਲਦੇ ਹਾਂ ਸ਼ੇਅਰ ਕਰਨਾ